ਮੈਂ ਅਸਰੇਲ ਦੇ ਨਾਨੇ ਦੀ ਹਦੀਸ ਤਿਲਾਵਤ ਕੀਤੀ। ਮੇਰੇ ਆਕਾ ਰਸਾਲਤ ਇਮਾਮ ਪੈਗੰਬਰ ਅੱਲਾਹ ਦਾ ਉਹ ਸੱਚਾ ਨਬੀ ਜਿਹੜਾ ਬਗੈਰ ਹੁਕਮ ਪਰਵਰਦਿਗਾਰ ਦੇ ਜ਼ੁਬਾਨ ਕੋ ਹਰਕਤ ਨਹੀਂ ਦਿੰਦਾ। ਇਰਸ਼ਾਦ ਫਰਮਾਉਂਦੇ ਆ ਫਾਤਿਮਾ ਤੋ ਉਮੋ ਅਬੀਹਾ, ਜਿਸ ਦਾ ਲਫ਼ਜ਼ ਮੰਨਣਾ ਹੈ ਕਿ ਫਾਤਿਮਾ ਮੇਰੀ ਮਾਂ ਹੈ। ਕੁਝ ਫਰਮਾ ਰਹੇ ਹਸਨੈਨ ਦਾ ਨਾਨਾ ਫਰਮਾ ਰਿਹਾ ਫਾਤਿਮਾ ਤੋ ਉਮੋ ਅਬੀਹਾ, ਫਾਤਿਮਾ ਮੇਰੀ ਮਾਂ ਹੈ। ਯਕੀਨਨ ਹਰ ਬੰਦਾ ਜਾਣਦਾ ਸੈਯਦਾ ਸਲਾਮੁੱਲਾਹ ਅਲੈਹਾ ਪੈਗੰਬਰ ਦੀ ਬੇਟੀ ਹੈ ਔਰ ਪੈਗੰਬਰ ਸੈਯਦਾ ਦੇ ਵਾਲਿਦ ਮੁਹਤਰਮ ਹੈ। ਲੇਕਿਨ ਪੈਗੰਬਰ ਫਰਮਾ ਰਹੇ ਫਾਤਿਮਾ ਮੇਰੀ ਮਾਂ ਹੈ, ਇਸਦਾ ਮਤਲਬ ਇਹ ਕਿ ਫਾਤਿਮਾ ਮੇਰੇ ਵਾਸਤੇ ਮਿਸਲੇ ਮਾਂ ਹੈ। ਫਾਤਿਮਾ ਮੇਰੇ ਵਾਸਤੇ ਮਾਂ ਜੈਸੀ ਹੈ, ਯਾਨੀ ਫਾਤਿਮਾ ਮੇਰੇ ਨਾਲ ਇਸ ਤਰ੍ਹਾਂ ਸ਼ਫੀਕ ਮਿਹਰਬਾਨ ਔਰ ਮੁਹੱਬਤ ਕਰਨ ਵਾਲੀ ਹੈ ਜਿਸ ਤਰ੍ਹਾਂ ਇੱਕ ਮਾਂ ਆਪਣੇ ਬੇਟੇ ਦੇ ਨਾਲ ਸ਼ਫੀਕ ਔਰ ਮੁਹੱਬਤ ਕਰਨ ਵਾਲੀ ਹੁੰਦੀ ਹੈ। ਕਿਸ ਤਰ੍ਹਾਂ ਫਾਤਿਮਾ ਸਲਾਮੁੱਲਾਹ ਅਲੈਹਾ ਬਾਪ ਵਾਸਤੇ ਮਿਸਲੇ ਮਾਂ ਹੈ, ਮਾਂ ਜੈਸੀ ਹੈ। ਪੈਗੰਬਰ ਦੀ ਜ਼ਿੰਦਗੀ ਦਾ ਉਹ ਹਿੱਸਾ ਜਿਸ ਹਿੱਸੇ 'ਚ ਜਨਾਬ ਸੈਯਦਾ ਪੈਗੰਬਰ ਦੇ ਘਰ ਬਹਿਸੀਅਤ ਅਤੇ ਬੇਟੀ ਗੁਜ਼ਾਰੀ, ਅਗਰ ਉਸ ਹਿੱਸੇ ਦਾ ਮੁਤਾਲਾ ਕੀਤਾ ਵਾਂਜੇ ਤਾਂ ਜਨਾਬ ਸੈਯਦਾ ਦੀ ਆਪਣੇ ਬਾਬਾ ਦੇ ਘਰ ਵਿੱਚ ਜਿਹੜੀ ਜ਼ਿੰਦਗੀ ਗੁਜ਼ਰੀ ਉਹ ਬਾਬੇ ਦੇ ਨਾਲ ਇਸ ਅੰਦਾਜ਼ 'ਚ ਗੁਜ਼ਰੀ ਹੈ ਜਿਸ ਤਰ੍ਹਾਂ ਇੱਕ ਮਾਂ ਦੀ ਆਪਣੇ ਬੇਟੇ ਦੇ ਨਾਲ ਗੁਜ਼ਰਦੀ। ਮਸਲਨ ਪੈਗੰਬਰ ਘਰ ਤੋਂ ਬਾਹਰ ਵੰਜਣ ਲੱਗੇ ਨਾ, ਸੈਯਦਾ ਪੈਗੰਬਰ ਦੇ ਨਾਲ ਨਾਲ ਟੁਰ ਪਵਨ ਆ ਦਰਵਾਜ਼ੇ ਤੱਕ ਲੱਗੇ ਆਉਂਦੇ ਹਨ। ਪੈਗੰਬਰ ਦਰਵਾਜ਼ੇ ਤੋਂ ਬਾਹਰ ਲੱਗੇ ਵੰਜੇ ਨਾ, ਸੈਯਦਾ ਦਰਵਾਜ਼ੇ ਦੇ ਅੰਦਰ ਬਾਬੇ ਦੇ ਇੰਤਜ਼ਾਰ 'ਚ ਪਏ ਵੰਜੇ। ਜਬ ਤੱਕ ਬਾਬਾ ਨਾ ਹੋਇਆ ਬਾਬੇ ਦੇ ਇੰਤਜ਼ਾਰ 'ਚ ਰਹਿ ਰਿਹਾ, ਬਸਾਓ ਕਦ ਰਾਤ ਹੋ ਬਣਿਆ ਔਰ ਰਾਤ ਵੀ ਲੇਟ ਹੋ ਬਣਿਆ, ਹਰ ਕੇ ਸਮਝਦਾ ਫਾਤਿਮਾ ਆਪਣੇ ਬਾਪ ਦੀ ਇੰਤਜ਼ਾਰ 'ਚ ਜਾਗਦੇ ਬੈਠੇ ਰਹਿੰਦਾ। ਬਾਬਾ ਆਵਿਆ ਬਾਬੇ ਦਾ ਇਸਤਿਕਬਾਲ ਕਰਨ ਆ, ਬਾਬੇ ਨੂੰ ਖਾਣਾ ਪਾਣੀ ਪੇਸ਼ ਕਰਨ ਆ, ਮਸਲਾ ਬਿਸਤਰ ਵਿਛਾ ਦੇਣ ਆ, ਬਾਬਾ ਸਮਝੇ ਆ ਸਰਸੂਲ ਆਜ਼ਮ ਦੇ ਸਮਣ ਦੇ ਬਾਅਦ ਸੈਯਦਾ ਬਿਸਤਰ ਤੇ ਆਰਾਮ ਫਰਮਾਵੇ ਨਾ। ਜੰਗ ਉਹ ਦਿਨ ਮੇਰੇ ਆਕਾ ਦੇ ਨੰਦਾਨ ਮੁਬਾਰਕ ਸ਼ਹੀਦ ਹੋਏ, ਮੇਰੇ ਆਕਾ ਜ਼ਖਮੀ ਹੋ ਗਏ, ਬੀਬੀ ਨੂੰ ਪਤਾ ਚੱਲਿਆ, ਉਹ ਉੱਤੇ ਪਹਾੜਾਂ 'ਚ ਬੁਰਕਾ ਪਾ ਕੇ ਪਹੁੰਚੀ, ਬਾਬੇ ਦੇ ਬਣ ਕੇ ਜ਼ਖਮ ਸਾਫ਼ ਕੀਤੇ, ਚਟਾਈ ਚਲਾ ਕੇ ਮਰਹਮ ਤਿਆਰ ਕਰਕੇ ਬਾਬੇ ਦੇ ਜ਼ਖਮ ਤੇ ਮਰਹਮ ਲਾ ਕੇ ਸੈਯਦਾ ਨੇ ਬਾਬੇ ਨੂੰ ਪੱਟੀਆਂ ਕੀਤੀਆਂ। ਮਸਜਿਦ 'ਚ ਨਮਾਜ਼ 'ਚ ਮਸਰੂਫ ਹਨ, ਕਿਸੇ ਗੁਸਤਾਖ ਨੇ ਪੈਗੰਬਰ ਦੀ ਪੁਸ਼ਤ ਮੁਬਾਰਕ ਤੇ ਜਾਨਵਰ ਦੀ ਉਜੜੀ ਰੱਖ ਛੁਣੀ, ਕਈ ਨੂੰ ਹਟਾਉਣ ਦੀ ਜ਼ਰੂਰਤ ਨਾ ਪਈ ਹੁੰਦੀ ਹੈ। ਸੈਯਦਾ ਨੂੰ ਪਤਾ ਚੱਲਿਆ, ਬੁਰਕਾ ਪਾ ਕੇ ਮਸਜਿਦ 'ਚ ਆਏ, ਬਾਬੇ ਦੇ ਪੁਸ਼ਤ ਉਜੜੀ ਹਟਾਈ, ਬਾਬੇ ਦੇ ਜਿਸਮ ਨੂੰ ਪਾਣੀ ਨਾਲ ਧੋਇਆ। ਤਵਜੋ ਫਰਮਾ ਰਹੇ ਹੋ, ਬਾਬਾ ਘਰ ਤੋਂ ਬਾਹਰ ਵੰਡਿਆ, ਨਾਲ ਮੈਂ ਲੱਗੀ ਬੰਦੀ ਨਾ ਮਿਲਾ, ਇੰਤਜ਼ਾਰ 'ਚ ਬੈਠੀ ਰਹਿੰਦੀ, ਆਮਨਾ ਖਾਣਾ ਪਾਣੀ ਦੇ ਕੇ ਬਿਸਤਰ ਬੜਾ ਕੇ ਸਮਾਂ ਕੇ ਬਾਅਦ 'ਚ ਸਮਝਦੀ, ਜ਼ਖਮੀ ਹੋਵੇ ਨਾ ਮਰਹਮ ਤੇ ਇਲਾਜ ਕਰੇਂਦੀ ਹੈ, ਪਰੇਸ਼ਾਨ ਹੋਵੇ ਨਾ ਦਿਲ ਜੋਈ ਕਰੇਂਦੀ ਹੈ। ਇਹ ਤਰੀਕਾ ਜਿਹੜਾ ਸੈਯਦਾ ਦਾ ਬਾਬੇ ਦੇ ਨਾਲ ਆ, ਇਹ ਤਰੀਕਾ ਬੇਟੀ ਦਾ ਬਾਪ ਨਾਲ ਨਹੀਂ ਹੁੰਦਾ, ਬਲਕਿ ਇੱਕ ਮਾਂ ਦਾ ਆਪਣੇ ਬੇਟੇ ਦੇ ਨਾਲ ਹੁੰਦਾ। ਇਸ ਵਜ੍ਹਾ ਤੋਂ ਪੈਗੰਬਰ ਫਰਮਾਇਆ ਜੋ ਫਾਤਿਮਾ ਆਪਣੇ ਬਾਪ ਦੀ ਮਾਂ ਹੈ, ਲੇਕਿਨ ਇੱਕ ਮਾਨਾ ਦਾ ਲਫ਼ਜ਼ ਉਹਦਾ ਮਾਂ ਹੋ ਗਿਆ, ਅਸਬੀ ਉਹ ਤਰਜਮਾ ਕੀਤਾ ਹੈ ਕਿ ਫਾਤਿਮਾ ਆਪਣੇ ਬਾਪ ਦੀ ਮਾਂ ਹੈ, ਫਾਤਿਮਾ ਰਸੂਲ ਦੀ ਮਾਂ ਹੈ, ਮਾਂ ਹੈ ਫਾਤਿਮਾ ਪੈਗੰਬਰ ਦੀ ਮਾਂ ਹੈ, ਇਸ ਦੀ ਮਾਂ ਹੈ। ਲੇਕਿਨ ਇਹ ਲਫ਼ਜ਼ ਅਰਬੀ ਦੇ ਵਿੱਚ ਇਸਤੇਮਾਲ ਹੋਇਆ, ਇਸ ਲਫ਼ਜ਼ ਦੇ ਮਾਂ ਦੇ ਮਾਨੀ ਤੋਂ ਇਲਾਵਾ ਤ੍ਰੈ ਮਾਨੀ ਹੋਰ ਵੀ ਅਰਬੀ ਗ੍ਰੈਮਰ 'ਚ ਮੌਜੂਦ ਹੈ। ਦੇਖਣਾ ਇਹ ਵੀ ਇਹ ਦੀਗਰ ਤ੍ਰੈ ਮਾਨੀ ਜਿਹੜੇ ਹੈ, ਇਹ ਤ੍ਰੈ ਮਾਨੀ ਵੀ ਪੈਗੰਬਰ ਦੀ ਇਸ ਹਦੀਸ ਦੇ ਮੁਤਾਬਿਕ ਸਹੀ ਹੈ, ਫਿੱਟ ਆਉਂਦੇ ਕਿ ਨਹੀਂ ਫਿੱਟ ਆਉਂਦੇ। ਇੱਕ ਲਫ਼ਜ਼ ਉਹਦਾ ਮਨ ਹੈ ਉਮੀਦ, ਆਸਰਾ, ਸਹਾਰਾ। ਅਗਰ ਇਹੋ ਮਾਨਾ ਕੀਤਾ ਵੰਜੇ ਉਮੀਦ, ਆਸਰਾ, ਸਹਾਰਾ, ਫਾਤਿਮਾ ਉਮੋ ਅਬੀਹਾ, ਫਾਤਿਮਾ ਆਪਣੇ ਬਾਪ ਦੀ ਉਮੀਦ ਹੈ, ਸਲਵਾ ਪੜ੍ਹੇ। ਫਾਤਿਮਾ ਆਪਣੇ ਬਾਪ ਦੀ ਉਮੀਦ ਹੈ, ਫਾਤਿਮਾ ਆਪਣੇ ਬਾਪ ਦਾ ਆਸਰਾ ਹੈ, ਫਾਤਿਮਾ ਆਪਣੇ ਬਾਪ ਦਾ ਸਹਾਰਾ ਹੈ। ਅਗਰ ਇਹ ਮਾਨੀ ਕੀਤਾ ਵੰਜੇ ਤਾਂ ਇਹ ਮਾਨੀ 100% ਫਿੱਟ ਆਉਂਦਾ ਹੈ,
सौ फीसद ठीक है। किस तरह? जिस वक्त मेरे आका के फर्जंदान अल्लाह को प्यारे हो गए, इंतकाल कर गए, औलाद नरीना बेटे मेरे आका को अल्लाह ताला फरमाए, दो बेटे दोनों वफात पा गए, दुश्मन ने मेरे आका को ताने देने शुरू कर दिए, तू अबतर है, तू मकतूल नस्ल है, तू बे औलाद है, तेरी चंद दिन की जिंदगी है, मर वैसे तेरी औलाद तो है कोई ना, औलाद नरीना जो तेरा कोई ना जैसी, तेरा ना चावण वाला ही कोई ना हो सी, चंद दिन की जिंदगी मुक वैसे, तू खत्म हो वैसे, मिट वैसे, जिस वक्त ताने मारे ना असनेल का गाना कड़ा करना इन्हें दी, इस गुस्ताखी तू उदास हो वैंदे आ। अल्लाह दे करीम ने अपने प्यारे हबीब को बेटी जहरा अता फरमाई और नाल सूरत कौसर भी नाजिल की थी, इन्ना आतैना कल कौसर, मेरा हबीब तू घबरा नहीं, परेशान ना हो, उदास ना हो, मैं अल्लाह तेरा आसरा, तेरी उम्मीद, तेरा सहारा, तेरू जहरा अता फरमाई। बसली ले अपनी कमान हार, मेरा हबीब ये बेटी बेटी होती है रहमत, बेटे पैदा होने लोग खुशियां मनाते हैं, मिठाइयां बनाते हैं, पता नहीं क्या कुछ तमाम करते हैं, बेटी पैदा हो गए लोग उदास हो गए, घबरा गए, मैं अभी मत इतनी बेटी इतनी रहमत दे, लेकिन मैं करीम रब का इतना बड़ा तोहफा है जो मैं अल्लाह इस तोहफे के बदले तेरे को शुक्रिया अदा करने का तकाजा करेगा, मालिक ने क्या शुक्रिया अदा करा, पर मैं फसली ने रबी का मन हार, शुक्रिया है कि नमाज शुक्राना भी पढ़, मेरा हबीब मिठाइयां डाल कम नहीं चलना, मेरी राहत दे विच बकायदा तौर ते कुर्बानी भी कर, असली दी रब्बी का बंदा नमाज शुक्राना भी पढ़ कुर्बानी भी कर, इन शान या कहुल अबतर, मेरा हबीब जेड़े ते को अबतर प्यार दे मकफूल नस्ल पे आदन बे औलाद पे आदन जिड़े देखो ताने पे मरेंदन चंदन की जिंदगी है फुर वैसे तेरा नाम मिट वैसी ते को याद करन लग पई हो सी, मैं अभी मैं अल्लाह का वादा होया ए देखो अब तर आखण वाले खुद अब तर हो वैसन, खुद मकफूल नस्ल हो वैसन, खुद इन्हां दे कबरां दे निशान मिट वैसन, इन्हां दा ना चामण वाला ही कोई ना हो सी, जिड़ी मैं ते को औलाद असीर जहरा अता कीती है एदे जरिए मैं तेरी नस्ल क्यामत तक इतना फैला देसा जो दुनिया दे कोने कोने दे विच तेरी औलाद आबाद हो सी, जेड़े तै को अब तक पे आदन ते को मुर्दा पे आदन ओ मुर्दाबाद हो ऐसे, तू आज भी जिंदाबाद है, कल भी जिंदाबाद है, क्यामत तक जिंदाबाद है। अगर उम्मीद आसरा सहारा की तब ने मानी भी सौ फीसद ठीक है। दूसरा लफ्ज उमदा मानी है, पहले लफ्ज उमदा मानी उम्मीद आसरा सहारा सौ फीसद ठीक है, दूसरा लफ्ज उमदा मानिए मरकज मेहबर तारुफ का जरिया। अगर ये मानी की तब ने मसलन अल्फातिमा तो उम्मो अबीहा, फातिमा अपने बाप की मरकज है, फातिमा अपने बाप की मेहबर है, फातिमा अपने बाप के तारुफ का जरिया है, अगर ए मान की तो मने तो ए मानी भी सौ फीसद ठीक है। किस तरह? जिस वक्त चादर एक इशाद तले पंतन पाक जमा हुए, अल्लाह जिब्रील को भेजा, जिब्रील अलैहिस्सलाम आया, सलाम किया, सलाम के बाद जिब्रील ने अपने करीब रब वाले पास देख के एक जुमला कि या रब्बे मन हाज़ा तहतल किसा, मेरा अल्लाह ए चादर ए किसा दे तले कौन तशरीफ फरमाए। कौन सवाल क्या करेंगे? सैयदुल मलाइका जनाबे जिब्राइल अलैहिस्सलाम सवाल क्या करेंगे? किंदे कुल रब या रब्बे मन हाज़ा तहतल किसा, मेरा अल्लाह चादर ए किसा दे तले कौन है, मैं तो आपको सारे को नाल लगा के नींद नहीं करनी, मैं तो सफर किया कर देना सलवा पढ़ बल के बाबा।